ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਅਤੇ ਨਸ਼ਿਆਂ ਖਿਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਥਾਣਾ ਗੁਰਾਇਆਂ ਦੀ ਪੁਲਿਸ ਨੇ 3 ਵਿਅਕਤੀਆਂ ਨੂੰ ਹੈਰੋਇਨ, ਨਸ਼ੀਲੀਆਂ ਗੋਲੀਆਂ ਅਤੇ ਨਸ਼ੀਲੇ ਟੀਕਿਆਂ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਗੁਰਾਇਆਂ ਦੇ SHO ਕੇਵਲ ਸਿੰਘ ਨੇ ਦੱਸਿਆ ਕਿ SI ਕੁਲਵੰਤ ਸਿੰਘ ਅਤੇ SI ਜਗਦੀਸ਼ ਰਾਜ ਨੇ ਗਸ਼ਤ ਦੌਰਾਨ ਨਹਿਰਹੱਟਾ GT ਰੋਡ ਗੁਰਾਇਆਂ ਤੋਂ ਲਵਜੀਤ ਸਿੰਘ ਉਰਫ ਲੱਭੂ ਪੁੱਤਰ ਲਾਟੀ ਵਾਸੀ ਜੜਿਆਲਾ ਗੁਰੂ ਜ਼ਿਲ੍ਹਾ ਅੰਮ੍ਰਿਤਸਰ ਨੂੰ 150 ਗ੍ਰਾਮ ਹੈਰੋਇਨ, ਸੁਖਜਿੰਦਰ ਸਿੰਘ ਉਰਫ ਸੌਖ ਪੁੱਤਰ ਬਖਸ਼ੀਸ਼ ਸਿੰਘ ਵਾਸੀ ਜੜਿਆਲਾ ਗੁਰੂ ਜ਼ਿਲ੍ਹਾ ਅੰਮ੍ਰਿਤਸਰ ਨੂੰ 46 ਨਸ਼ੀਲੇ ਟੀਕਿਆਂ ਅਤੇ ਰਾਜਵੀਰ ਸਿੰਘ ਉਰਫ ਜੋਬਨ ਪੁੱਤਰ ਅਜਮੇਰ ਸਿੰਘ ਵਾਸੀ ਪਿੰਡ ਭਾਗੋਵਾਲ ਜ਼ਿਲ੍ਹਾ ਗੁਰਦਾਸਪੁਰ ਨੂੰ 250 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਫੜੇ ਗਏ ਵਿਅਕਤੀਆਂ ਪਾਸੋਂ ਸਵਿਫਟ ਕਾਰ ਨੰਬਰ PB02 DS7056 ਵੀ ਬਰਾਮਦ ਕੀਤੀ ਗਈ ਹੈ। ਫੜੇ ਗਏ ਵਿਅਕਤੀਆਂ ਖਿਲਾਫ਼ ਥਾਣਾ ਗੁਰਾਇਆਂ ਵਿੱਚ ਬਣਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਨਵਜੋਤ ਸਿੰਘ ਮਾਰ PPS SSP ਜਲੰਧਰ ਦਿਹਾਤੀ, ਰਾਜਵੀਰ ਸਿੰਘ SPD, ਸ੍ਰੀ ਦਵਿੰਦਰ ਅਤਰੀ ਜੀ ਸਬ ਡਿਵੀਜ਼ਨ ਫਲੌਰ ਦੀ ਰਹਿਣ ਵਾਲੀ ਥੱਲੇ ਮਿਤੀ 18/7/19 ਨੂੰ SI ਕੁਲਵੰਤ ਸਿੰਘ ਨੇ ਇੱਕ ਮੁਕੱਦਮਾ ਨੰਬਰ 156 ਦਰਜ ਕੀਤਾ, ਜਿਸ ਵਿੱਚ ਲਵ ਕੁਮਾਰ ਉਰਫ ਲੱਭੂ ਵਾਸੀ ਗੁਰੂ ਘਰ ਜੰਡਿਆਲਾ ਜਿਸ ਪਾਸੋਂ 150 ਗ੍ਰਾਮ ਹੀਰਨ, ਇਸੇ ਤਰ੍ਹਾਂ ਸੁਖਜਿੰਦਰ ਸਿੰਘ ਉਰਫ ਸੁੱਖਾ ਜਿਸ ਪਾਸੋਂ 46 ਟੀਕੇ ਨੋਰਫਿਨ, ਇਸ ਰਾਜਵੀਰ ਸਿੰਘ ਜਿਸ ਪਾਸੋਂ 250 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ, ਇਹਨਾਂ ਪਾਸੋਂ ਇੱਕ ਗੱਡੀ ਸਵਿਫਟ ਕਾਰ PB02 DS7056 ਬਰਾਮਦ ਕੀਤੀ, ਜਿਨ੍ਹਾਂ ਨੂੰ ਮੁਕੱਦਮਾ ਦਰਜ ਕਰਕੇ ਪੁੱਛਗਿੱਛ ਜਾਰੀ ਆ, ਜਿਸ ਪਾਸੋਂ ਜੱਜ ਸਾਹਿਬ ਦੇ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। ਕਾਫ਼ੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਇਹ ਬੰਦੇ ਲੁਧਿਆਣੇ ਤੋਂ ਲੈ ਕੇ ਇਸ ਏਰੀਏ 'ਚ ਵੇਚਦੇ ਸਨ ਅਤੇ ਅੱਗੇ ਜਾ ਕੇ ਅੰਮ੍ਰਿਤਸਰ, ਜਲੰਧਰ ਸਪਲਾਈ ਕਰਦੇ ਸੀ। ਇਹ ਗੱਡੀ ਜਿਹੜੀ ਆ ਲੱਭੂ ਦੀ ਆ, ਨਹੀਂ ਇਹਨਾਂ 'ਤੇ ਪਹਿਲਾਂ ਨਹੀਂ ਮੁਕੱਦਮਾ ਹੁੰਦਾ, ਵੱਖਰਾ ਖਾਨਾ ਬਣਾਇਆ ਜਿਸ ਵਿੱਚ ਇਹ ਮਾਲ ਦੀ ਸਪਲਾਈ ਕਰਦੇ।